ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਚੰਗੀ ਸੋਚ ਇਹ ਲਫ਼ਜ਼ ਆਪਾਂ ਕਈ ਵਾਰ ਸੁਣਿਆ, ਆਪਾਂ ਆਮ ਬੋਲਦੇ ਵੀ ਹਾਂ ਅਤੇ ਕਿਸੇ ਹੋਰ ਨੂੰ ਲੋੜ ਪੈਣ 'ਤੇ ਦੱਸਦੇ ਵੀ ਹਾਂ। ਜੇ ਕਦੇ ਕੋਈ ਦੁਖੀ ਹੁੰਦਾ ਹੈ ਆਪਾਂ ਇੱਕੋ ਗੱਲ ਕਹਿੰਦੇ ਹਾਂ, ਚੰਗਾ ਸੋਚੋ ਸਭ ਕੁਝ ਚੰਗਾ ਹੀ ਹੋਏਗਾ। ਪਰ ਕਈ ਵਾਰ ਆਪਾਂ ਵਿੱਚ ਇੰਨਾ ਡਰਨਾ ਜਾਂ ਕਿਸੇ ਦੀ ਨਿੰਦਿਆ ਚੁਗਲੀ ਕਰਨਾ, ਆਪਣੀ ਤੁਲਨਾ ਕਿਸੇ ਨਾਲ ਕਰਨਾ, ਕਿਸੇ ਗੱਲ ਨੂੰ ਬੜੀ ਛੇਤੀ ਦਿਲ 'ਤੇ ਲਾ ਲੈਣਾ, ਹੁਣ ਪਤਾ ਕਿਵੇਂ ਲੱਗੇ ਵੀ ਇਹ ਜੋ ਵਿਚਾਰ ਨੇ ਇਹ ਸਾਡੇ ਚੰਗੇ ਨੇ ਜਾਂ ਫਿਰ ਮਾੜੇ ਨੇ। ਦੇਖੋ ਕੋਈ ਵੀ ਵਿਚਾਰ ਜੋ ਸਾਨੂੰ ਤੰਗ ਕਰਦੇ ਨੇ ਸਾਡੀ ਮਨ ਦੀ ਸਥਿਤੀ ਨੂੰ, ਸ਼ਾਂਤੀ ਨੂੰ, ਸਕੂਨ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ ਅਤੇ ਦੂਜਿਆਂ ਨੂੰ ਵੀ ਉਸ ਤੋਂ ਪਰੇਸ਼ਾਨੀ ਹੁੰਦੀ ਹੈ। ਉਹ ਹਨ ਮਾੜੇ ਵਿਚਾਰ। ਆਪਾਂ ਸਭ ਇਸ ਤੋਂ ਭਲੀ ਭਾਤੀ ਜਾਣੂ ਹਾਂ, ਪਰ ਕੀ ਹੁੰਦਾ ਹੈ ਵੀ ਆਪਣੇ ਨਾ ਚਾਹੁਣ ਦੇ ਬਾਵਜੂਦ ਵੀ ਉਹ ਵਿਚਾਰ ਸਾਡੇ ਅੰਦਰ ਚੱਲਦੇ ਰਹਿੰਦੇ ਨੇ ਅਤੇ ਪੈਦਾ ਹੁੰਦੇ ਰਹਿੰਦੇ ਨੇ। ਇਹ ਕਿਉਂ ਆਉਂਦੇ ਨੇ ਅਤੇ ਕਾਥੋਂ ਮਾੜੇ ਵਿਚਾਰ ਜ਼ਿਆਦਾ ਮਨ 'ਤੇ ਅਸਰ ਕਰਦੇ ਨੇ? ਇਹ ਸਭ ਤੋਂ ਵੱਡਾ ਕਾਰਨ ਇਹ ਹੈ ਆਪਾਂ ਕਿਸ ਤਰ੍ਹਾਂ ਦੀ ਜਾਣਕਾਰੀ ਆਪਣੇ ਅੰਦਰ ਭਰ ਰਹੇ ਹਾਂ। ਵੇਖੋ ਆਪਾਂ ਜਿਵੇਂ ਰੋਟੀ ਖਾਂਦੇ ਹਾਂ, ਜੋ ਆਪਾਂ ਖਾਂਦੇ ਹਾਂ ਸਰੀਰ ਨੂੰ ਉਹੀ ਐਨਰਜੀ ਮਿਲਦੀ ਹੈ। ਜਿਵੇਂ ਚੰਗਾ ਖਾਵਾਂਗੇ ਸਰੀਰ ਸਵਸਥ ਰਹੇਗਾ, ਪਰ ਵੇਖਿਆ ਕਦੋਂ? ਜਦੋਂ ਆਪਾਂ ਬਿਮਾਰ ਹੁੰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਨੂੰ ਜੋ ਵੈਦ ਡਾਕਟਰ ਹਕੀਮ ਉਹ ਕੀ ਪੁੱਛਦੇ ਨੇ ਵੀ ਖਾਣੇ ਵਿੱਚ ਕੀ ਖਾਂਦੇ ਹੋ? ਜੇ ਕੁਝ ਸਹੀ ਨਹੀਂ ਹੁੰਦਾ ਤਾਂ ਆਪਾਂ ਨੂੰ ਖਾਣ ਪੀਣ ਸਹੀ ਕਰਨ ਨੂੰ ਕਿਹਾ ਜਾਂਦਾ। ਤੇ ਸਾਡੇ ਮਨ ਦਾ ਖਾਣ ਪੀਣ ਕੀ ਹੈ? ਜੋ ਆਪਾਂ ਅੰਦਰ ਇਕੱਠਾ ਕਰਦੇ ਪਿਆ, ਇਕੱਠਾ ਕੀ ਕਰਦੇ ਹਾਂ? ਗੱਲਾਂ ਬਾਤਾਂ। ਤੇ ਗੱਲਾਂ ਬਾਤਾਂ ਨੂੰ ਆਪਾਂ ਕੀ ਕਹਿੰਦੇ ਹਾਂ? ਜਾਣਕਾਰੀ। ਆਪਾਂ ਕੀ ਸੁਣਦੇ ਹਾਂ, ਕੀ ਵੇਖਦੇ ਹਾਂ, ਕੀ ਪੜ੍ਹਦੇ ਹਾਂ, ਉਹ ਜੋ ਚੀਜ਼ਾਂ ਆਪਣੇ ਅੰਦਰ ਜਾ ਰਹੀਆਂ ਨੇ ਉਹ ਆਪਣੇ ਅੰਦਰ ਜਾ ਕੇ ਜਮ੍ਹਾਂ ਹੋ ਜਾਂਦੀਆਂ ਨੇ ਅਤੇ ਉਹੀ ਆਪਣੇ ਵਿਚਾਰਾਂ ਦਾ ਭਾਗ ਬਣਦੀਆਂ ਨੇ। ਜਿਵੇਂ ਕਈ ਦਿਨ ਤੋਂ ਲਗਾਤਾਰ ਇਹ ਵੱਧਦੇ ਜਾ ਰਹੇ ਤਾਂ ਆਪਾਂ ਉਵੇਂ ਹੀ ਚਾਰ ਚੁਫੇਰੇ ਵਿੱਚ ਹਾਂ। ਜਿਵੇਂ ਵੇਖੋ ਆਪਾਂ ਕਈ ਦਿਨ ਤੋਂ ਸੁਣਦੇ ਹਾਂ ਵੀ ਫਲਾਣੇ ਥਾਂ ਬੜਾ ਕੁਝ ਹੋ ਰਿਹਾ, ਉੱਥੇ ਆ ਸਭ ਕੁਝ ਗਲਤ ਹੀ ਹੋ ਰਿਹਾ, ਤੁਸੀਂ ਸਾਵਧਾਨ ਹੋ ਜਾਓ, ਜਾਂ ਕੁਝ ਮਾੜਾ ਜਿਹਾ ਰਾਤ ਨੂੰ ਖੜਕਾ ਵੀ ਹੋਏ ਨਾ ਤਾਂ ਫਿਰ ਆਪਾਂ ਨਾਲ ਦੀ ਨਾਲ ਸੋਚਦੇ ਹਾਂ ਵੀ ਕਿਤੇ ਕੁਝ ਕੋਈ ਚੋਰ ਤਾਂ ਨਹੀਂ ਆ ਗਿਆ ਘਰ, ਜਾਂ ਕਿਤੇ ਕੁਝ ਹੋ ਤਾਂ ਨਹੀਂ ਗਿਆ ਘਰ। ਨਾ ਚਾਹੁੰਦੇ ਹੋਏ ਵੀ ਮਨ ਵਿੱਚ ਉਹ ਵਿਚਾਰ ਆ ਜਾਂਦੇ ਨੇ। ਆਪਾਂ ਗਲਤ ਸੋਚਦੇ ਕਿਉਂ? ਆਪਾਂ ਕਿਉਂ ਨਹੀਂ ਸੋਚਦੇ ਵੀ ਇਹ ਉਂਝ ਹੀ ਸੀ? ਮੰਨ ਲਓ ਕੋਈ ਆਪਣੇ ਪਰਿਵਾਰ ਦਾ ਕੋਈ ਇੱਕ ਜਣਾ ਅੱਜ ਲੇਟ ਹੋ ਗਿਆ ਘਰ ਆਉਣ ਤੋਂ, ਆਪਾਂ ਨਾਲ ਦੀ ਨਾਲ ਗਲਤ ਸੋਚਣ ਲੱਗ ਜਾਂਦੇ ਹਾਂ। ਇਹ ਕਿਉਂ ਨਹੀਂ ਸੋਚਦੇ ਵੀ ਕੋਈ ਗੱਲ ਨਹੀਂ, ਕੋਈ ਰਸਤੇ 'ਚ ਮਿਲ ਗਿਆ ਹੋਣਾ ਅਤੇ ਅੱਜ ਉਹਦੇ ਨਾਲ ਗੱਲਾਂ ਬਾਤਾਂ ਲੱਗ ਗਿਆ ਹੋਣਾ? ਮਨ ਨੇ ਕਿਉਂ ਸੋਚਿਆ? ਜੋ ਆਪਾਂ ਮਨ ਨੂੰ ਜਾਣਕਾਰੀ ਦੇ ਰਹੇ ਹਾਂ, ਜੋ ਪੜ੍ਹਦੇ ਹਾਂ, ਸੁਣਦੇ ਹਾਂ, ਵੇਖਦੇ ਹਾਂ, ਕੋਈ ਲੇਟ ਹੋਇਆ ਅਤੇ ਭਾਵ ਕਿਤੇ ਨਾ ਕਿਤੇ ਕੋਈ ਦੁਰਘਟਨਾ ਹੋ ਗਈ ਹੋਣੀ। ਵੀ ਅੱਜ ਕੱਲ੍ਹ ਬਹੁਤ ਦੁਰਘਟਨਾਵਾਂ ਹੋ ਰਹੀਆਂ ਨੇ। ਸਾਨੂੰ ਆਪਣੀ ਜੋ ਜਾਣਕਾਰੀ ਹੁੰਦੀ ਹੈ ਨਾ, ਜੋ ਮਨ ਨੂੰ ਆਪਣਾ ਦੇ ਰਹੇ ਹਾਂ ਉਸ ਵੱਲ ਖਿਆਲ ਰੱਖਣਾ। ਜੋ ਆਪਾਂ ਦੇ ਰਹੇ ਹਾਂ ਉਹਨੂੰ ਵੇਖੋ ਵੀ ਕੀ ਸੁਣਾ ਰਹੇ ਹੋ ਮਨ ਨੂੰ। ਆਪਾਂ ਕੀ ਕਰਦੇ ਹਾਂ ਵੀ ਸੁਣਦੇ ਜੋ ਪਏ ਹਾਂ, ਪੜ੍ਹਦੇ ਜੋ ਪਏ ਹਾਂ, ਟੀ ਵੀ 'ਤੇ ਜੋ ਕੁਝ ਦੇਖਦੇ ਪਏ ਹਾਂ, ਟੀ ਵੀ ਵਾਲੇ ਕੀ ਕਰਦੇ ਨੇ ਉਹ ਸਾਰੀਆਂ ਮਾੜੀਆਂ ਖਬਰਾਂ ਲਿਆ ਕੇ, ਉਹ ਕਦੇ ਦੱਸਦੇ ਨੇ ਵੀ ਫਲਾਣੇ ਥਾਂ 'ਚ ਸ਼ਾਂਤੀ ਨਾਲ ਫਲਾਣਾ ਸੋਇਆ? ਨਹੀਂ ਨਾ, ਉਸ ਦੀ ਇੱਕ ਇੱਕ ਚੀਜ਼ ਜੋ ਮਾੜੀ ਹੈ ਉਹ ਹੀ ਅੰਦਰ ਭਰਦੇ ਜਾ ਰਿਹਾ, ਇਕੱਠੀ ਕਰਦੇ ਜਾ ਰਿਹਾ। ਅਖਬਾਰ ਪੜ੍ਹਦੇ ਹੋ ਫਲਾਣੇ ਥਾਂ ਆਹ ਹੋ ਗਿਆ ਜੀ, ਫਲਾਣੇ ਥਾਂ ਚੋਰੀ ਹੋ ਗਈ, ਫਲਾਣੇ ਥਾਂ ਇਹ ਹੋਇਆ, ਉਹਨਾਂ ਕਦੇ ਦੱਸਿਆ ਵੀ ਆਹ ਪਿੰਡ 'ਚ ਸੁੱਖ ਸ਼ਾਂਤੀ ਰਹੀ, ਆਹ ਪਿੰਡ ਨੇ ਇਕੱਠੇ ਹੋ ਗਿਆ, ਜਾ ਕੀਤਾ, ਕਦੇ ਚੰਗੀ ਖਬਰ ਦੱਸਦੇ ਆ? ਜਿਵੇਂ ਆਪਾਂ ਦੁਖੀ ਹੁੰਦੇ ਹਾਂ ਤਾਂ ਚੁੱਪ ਰਹਿਣ ਨੂੰ ਮਨ ਕਰਦਾ, ਕਿਉਂਕਿ ਮਨ ਦੇ ਅੰਦਰ ਆਪਾਂ ਉਹੀ ਭਰਿਆ ਅਤੇ ਬਾਹਰ ਵੀ ਉਵੇਂ ਦਾ। 15 ਦਿਨ ਕੁਝ ਕਰਕੇ ਵੇਖੋ ਵੀ ਚੰਗਾ ਆਪਣੇ ਅੰਦਰ ਭਰ ਕੇ ਵੇਖਣਾ, ਕਿਉਂਕਿ ਸਵੇਰੇ ਸਵੇਰੇ ਆਪਾਂ ਅਖਬਾਰ ਪੜ੍ਹਦੇ ਹਾਂ ਉਹ ਚੰਗੀਆਂ ਗੱਲਾਂ ਘੱਟ ਅਤੇ ਮਾੜੀਆਂ ਜ਼ਿਆਦਾ ਲਿਖ ਕੇ ਦੱਸਦੇ ਨੇ। ਪੜ੍ਹੋ ਪਰ ਸਵੇਰੇ ਦਾ ਸਮਾਂ ਚੰਗੀਆਂ ਗੱਲਾਂ ਸੁਣੋ, ਚੰਗੀਆਂ ਵੇਖੋ, ਕਿਉਂਕਿ ਉਹੀ ਸਮਾਂ ਜੇ ਗੁਰਬਾਣੀ ਨੂੰ ਦੇਵਾਂਗੇ, ਚੰਗਾ ਪੜ੍ਹਾਂਗੇ, ਅੰਦਰ ਚੰਗਾ ਜਾਊਗਾ ਤਾਂ ਆਪੇ ਸਭ ਕੁਝ ਵਧੀਆ ਨਾ ਹੋਊਗਾ? ਵਾਹਿਗੁਰੂ ਦਾ ਨਾਮ ਲਵਾਂਗੇ ਸਭ ਵਧੀਆ ਨਾ ਹੋਊਗਾ? ਜਦੋਂ ਆਪਾਂ ਕੋਈ ਚੀਜ਼ 2 ਵਾਰ 3 ਵਾਰ ਪੜ੍ਹਦੇ ਸੁਣਦੇ ਅਤੇ ਵੇਖਦੇ ਹਾਂ ਨਾ, ਫਿਰ ਉਵੇਂ ਦਾ ਹੀ ਸੋਚਣ ਲੱਗ ਜਾਂਦੇ ਹਾਂ। ਆਪਾਂ ਸਵੇਰੇ ਉੱਠਦੇ ਹਾਂ ਪਹਿਲਾਂ ਛੇਤੀ ਵੇਖਦੇ ਹਾਂ ਵੀ ਕਿਤੇ ਫੋਨ ਕਿੱਧਰ ਪਿਆ, ਬੈੱਡ ਦੇ ਸਾਰੇ ਪਾਸੇ ਲੱਭਦੇ ਹਾਂ ਵੀ ਉਹਨੂੰ ਲੱਭੋ ਅਤੇ ਹੱਥ 'ਚ ਛੇਤੀ ਫੜ ਲਓ। ਸਵੇਰੇ ਸਵੇਰੇ ਆਪਾਂ ਆਪਣੇ ਅੰਦਰ ਇਹੀ ਪੜ੍ਹਨਾ, ਮੈਸੇਜ ਵੇਖੋ ਛੇਤੀ ਕਿਹਦਾ ਆਇਆ, ਕੀ ਹੋਇਆ। ਆਪਾਂ ਕੀ ਕਹਿੰਦੇ 4 ਚੁਫੇਰੇ ਦੀ ਜਿਹੜੀ ਜਾਣਕਾਰੀ ਹੈ ਉਹ ਅੰਦਰ ਭਰ ਲੈਂਦੇ। ਇਹ ਸਵੇਰੇ ਸਵੇਰੇ ਆਪਣੇ ਅੰਦਰ ਭਰਨਾ ਇਹ ਜ਼ਰੂਰੀ ਤਾਂ ਨਹੀਂ ਹੈਗਾ ਨਾ, ਸਵੇਰੇ ਸਵੇਰੇ ਤਾਂ ਆਪਣੇ ਅੰਦਰ ਉਹ ਵਾਹਿਗੁਰੂ ਦਾ ਨਾਮ, ਗਿਆਨ, ਸਕੂਨ ਸਭ ਕੁਝ ਵਧੀਆ ਵਧੀਆ ਅੰਦਰ ਭੇਜੋ। ਵਾਹਿਗੁਰੂ ਦਾ ਨਾਮ ਇਹ ਸਭ ਅੰਦਰ ਜਦੋਂ ਭਰਨਾ ਸ਼ੁਰੂ ਕੀਤਾ ਨਾ ਤਾਂ ਬਾਹਰ ਵੀ ਆਪੇ ਆਪ ਸਾਰਾ ਕੁਛ ਵਧੀਆ ਹੋ ਜਾਏਗਾ। ਇਹ ਜੋ ਦਿਮਾਗ ਹੈ ਨਾ ਇਹ ਵੀ ਵਧੀਆ ਹੋ ਜਾਏਗਾ, ਆਪਣੇ ਆਪ ਜੋ ਵਿਚਾਰ ਨੇ ਉਹ ਵੀ ਬਦਲਣ ਲੱਗ ਜਾਣਗੇ, ਕਿਉਂਕਿ ਅੰਦਰ ਚੰਗਾ ਸਭ ਕੁਛ ਇਕੱਠਾ ਕੀਤਾ। ਜਿਵੇਂ ਪਹਿਲਾਂ ਮਾੜੇ ਵਿਚਾਰ ਆਉਂਦੇ ਸੀ ਹੁਣ ਵਧੀਆ ਵਿਚਾਰ ਆਉਣਗੇ, ਆਪਣੇ ਆਪ ਆਉਣ ਲੱਗ ਜਾਣਗੇ, ਕੁਝ ਕਰਨਾ ਵੀ ਨਹੀਂ ਪਏਗਾ।
ਸਿਰਫ 15 ਦਿਨ ਲਈ ਉਹੀ ਸੁਣੋ, ਕਰੋ, ਵੇਖੋ, ਪੜ੍ਹੋ ਜਿਸ ਵਾਂਗ ਆਪਾਂ ਬਣਨਾ ਚਾਹੁੰਦੇ ਹਾਂ। ਆਪਣੀ ਇਹ ਜੋ ਹੈ ਨਾ ਚਿੱਤ ਹੈ, ਆਪਣਾ ਮਨ ਹੈ, ਇਹਨੂੰ ਸੁਥਰਾ ਬਣਾਈਏ। ਸਿਰਫ ਤੇ ਸਿਰਫ ਚੰਗੀਆਂ ਗੱਲਾਂ ਹੀ ਅੰਦਰ ਭੇਜਾਂਗੇ, ਫਿਰ ਆਪਾਂ ਨੂੰ ਚੰਗਾ ਸੋਚਣਾ ਨਹੀਂ ਪਵੇਗਾ, ਉਹ ਆਪੇ ਵਿਚਾਰ ਬਣ ਸਾਡੇ ਮੂੰਹ ਵਿੱਚੋਂ ਨਿਕਲੇਗਾ ਤੇ ਸਾਡੇ ਕੰਮ ਵਿੱਚ ਦਿਖੇਗਾ। 15 ਦਿਨ ਨਾ ਕਿਸੇ ਦੀ ਨਿੰਦਾ, ਨਾ ਕਿਸੇ ਦੀ ਚੁਗਲੀ, ਨਾ ਕੋਈ ਮਾੜਾ ਕੰਮ, ਬਸ ਇਮਾਨਦਾਰੀ, ਸੰਤੋਖ ਤੇ ਵਾਹਿਗੁਰੂ ਦਾ ਨਾਮ ਲੈ ਕੇ ਦੇਖੋ। ਬਦਲਾਵ ਆਪੇ ਤੁਹਾਡੇ ਵਿੱਚ ਨਜ਼ਰ ਆਵੇਗਾ। ਜਿਵੇਂ ਵਾਹਿਗੁਰੂ ਜੀ ਕਹਿੰਦੇ ਨੇ, ਉਹ ਭਲੇ ਪੁਰਖਾ, ਤੂੰ ਜਦੋਂ ਸਵੇਰੇ ਉੱਠਿਆ ਸੀ ਨਾ, ਤੇ ਉਸ ਸਮੇਂ ਵੀ ਵਾਹਿਗੁਰੂ ਕਹਿੰਦੇ ਵੀ ਮੈਂ ਤੇਰੇ ਸਰਾਣੇ ਖੜਾ ਸੀ। ਵੀ ਮੈਨੂੰ ਲੱਗਾ ਵੀ ਤੂੰ ਕੋਈ ਗੱਲਬਾਤ ਮੇਰੇ ਨਾਲ ਵੀ ਕਰੇਗਾ, ਕੋਈ 2 ਮਹੀਨੇ ਵਿੱਚ ਕੁਝ ਚੰਗਾ ਵਾਪਰਿਆ ਹੈ ਤੇ ਉਸ ਲਈ ਵੀ ਤੂੰ ਮੇਰਾ ਸ਼ੁਕਰਾਨਾ ਕਰੇਗਾ। ਉਹ ਭਲੇ ਪੁਰਖਾ, ਤੂੰ ਕਾਹਲੀ ਨਾਲ ਉੱਠ ਕੇ ਤੂੰ ਤਾਂ ਤੁਰ ਪਿਆ, ਤੂੰ ਤਾਂ ਫੋਨ ਵੱਲ ਵੇਖ ਲਿਆ, ਤੂੰ ਤਾਂ ਨਿਗਾਹ ਵੀ ਨਹੀਂ ਮਾਰੀ। ਵਾਹਿਗੁਰੂ ਕਹਿੰਦੇ ਮੈਨੂੰ ਲੱਗਾ ਵੀ ਤੂੰ ਇਸ਼ਨਾਨ ਪਾਣੀ ਕਰਕੇ ਤੂੰ ਫਿਰ ਮੈਨੂੰ ਯਾਦ ਕਰੇਗਾ, ਪਰ ਤੂੰ ਉੱਧਰ ਧਿਆਨ ਹੀ ਨਹੀਂ ਦਿੱਤਾ। ਤੇਰੇ ਮਨ ਵਿੱਚ ਤਾਂ ਵਿਚਾਰਾਂ ਦਾ ਭੂਚਾਲ ਆਇਆ ਪਿਆ ਸੀ। ਜਦੋਂ ਤੂੰ ਘਰ ਵਿੱਚ ਇੱਧਰ ਉੱਧਰ ਭੱਜਣ ਦਿਆ ਸੀ ਨਾ, ਵੀ ਘਰੋਂ ਬਾਹਰ ਨਿਕਲਣ ਦਿਆ ਸੀ, ਮੈਨੂੰ ਲੱਗਾ ਵੀ ਜਦੋਂ ਤੂੰ ਘਰ ਤੋਂ ਬਾਹਰ ਨਿਕਲਣ ਸਮਾਂ ਉਦੋਂ ਮੈਨੂੰ ਯਾਦ ਕਰ ਲਏਗਾ, ਪਰ ਤੇਰੇ ਨਾਲ ਤਾਂ ਉਦੋਂ ਵੀ ਗੱਲਬਾਤ ਕਰਨ ਦਾ ਤੇ ਮੈਨੂੰ ਯਾਦ ਕਰਨ ਦਾ ਤੇਰੇ ਕੋਲ ਸਮਾਂ ਨਹੀਂ ਸੀ। ਉਦੋਂ ਵੀ ਬਸ ਤੇ ਬਸ ਤੇਰੇ ਕੋਲ ਫੋਨ ਵਰਤਣ ਦਾ ਸਮਾਂ ਸੀ। ਵਾਹਿਗੁਰੂ ਜੀ ਕਹਿੰਦੇ ਮੈਂ ਬਸ ਇੰਨਾ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਕੁਝ ਸਮਾਂ ਬਿਤਾ, ਤੇਰਾ ਦਿਨ ਆਪੇ ਵਧੀਆ ਲੰਘੇਗਾ। ਪਰ ਤੂੰ ਧਿਆਨ ਨਹੀਂ ਦਿੰਦਾ, ਤੂੰ ਕੰਮ ਦੇ ਵਿੱਚ 20 ਮਿੰਟ ਵੀ ਵਿਹਲਾ ਸੀ ਨਾ, ਮੈਂ ਸੋਚਿਆ ਤੂੰ ਉਦੋਂ ਵੀ ਇੱਕ ਵਾਰ ਵਾਹਿਗੁਰੂ ਕਹੇਗਾ, ਪਰ ਤੇਰਾ ਤੇ ਉਦੋਂ ਵੀ ਧਿਆਨ ਨਹੀਂ ਦਿੱਤਾ ਤੂੰ ਤੇ। ਤੇ ਜਦੋਂ ਫਿਰ ਦੁਪਹਿਰ ਦੀ ਤੂੰ ਰੋਟੀ ਖਾਣ ਲੱਗਾ ਸੀ, ਮੈਨੂੰ ਲੱਗਾ ਵੀ ਹੁਣ ਵੀ ਤੇ ਤੇਰੇ ਕੋਲ ਸਮਾਂ ਹੈ ਹੀ 30 ਮਿੰਟ ਦਾ, ਤੂੰ ਹੁਣ ਹੀ ਮੈਨੂੰ ਯਾਦ ਕਰ ਲਏਗਾ, ਪਰ ਤੂੰ ਤਾਂ ਮੈਨੂੰ ਉਦੋਂ ਵੀ ਨਹੀਂ ਯਾਦ ਕੀਤਾ। ਕਹਿੰਦੇ ਮੈਨੂੰ ਇੰਨਾ ਸੀ ਤੂੰ 1 ਮਿੰਟ ਦਾ ਸਮਾਂ ਤਾਂ ਮੇਰੇ ਨੂੰ ਦੇਗਾ, ਪਰ ਨਹੀਂ ਦਿੱਤਾ। ਫਿਰ ਮੈਨੂੰ ਬਹੁਤ ਸਮਾਂ ਸੀ ਤੇਰੇ ਕੋਲ, ਜਦੋਂ ਤੂੰ ਸ਼ਾਮ ਨੂੰ ਮੈਨੂੰ ਲੱਗਾ ਤੂੰ ਯਾਦ ਕਰੇਗਾ, ਪਰ ਤੂੰ ਘਰ ਆ ਕੇ ਵੀ ਮੈਨੂੰ ਯਾਦ ਨਹੀਂ ਕੀਤਾ, ਤੂੰ ਤਾਂ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋ ਗਿਆ। ਮੈਨੂੰ ਲੱਗਾ ਉਦੋਂ ਯਾਦ ਕਰ ਲੇਗਾ, ਪਰ ਤੂੰ ਉਦੋਂ ਵੀ ਨਹੀਂ ਕੀਤਾ। ਰਹਿ ਰਾਸਤੇ ਸਮੇਂ ਮੈਨੂੰ ਲੱਗਾ ਹੁਣ ਯਾਦ ਕਰ ਲੇਗਾ, ਤੂੰ ਉਦੋਂ ਵੀ ਨਹੀਂ ਯਾਦ ਕੀਤਾ। ਤੂੰ ਉਦੋਂ ਵੀ TV ਲਾ ਕੇ ਉਹਦੇ ਵਿੱਚ ਮਸਤ ਰਿਹਾ, ਤੇਰੇ ਮੂੰਹੋਂ ਉਦੋਂ ਵੀ 1 ਵਾਰ ਵੀ ਵਾਹਿਗੁਰੂ ਨਹੀਂ ਨਿਕਲਿਆ। ਰਾਤ ਨੂੰ ਸੌਣ ਲੱਗਿਆ ਮੈਨੂੰ ਲੱਗਾ ਤੂੰ ਕੀਰਤਨ ਸੋਹਲੇ ਦੇ ਰਾਹੀਂ ਮੈਨੂੰ ਯਾਦ ਕਰੇਗਾ, ਪਰ ਤੂੰ ਉਦੋਂ ਵੀ ਨਹੀਂ ਯਾਦ ਕੀਤਾ। ਮੇਰਾ ਮਨ ਸੀ ਤੇਰੇ ਨਾਲ ਕੁਝ ਸਮਾਂ ਬਿਤਾਵਾਂ, ਤੇਰੇ ਨਾਲ ਕੁਝ ਗੱਲਾਂ ਕਰਾਂ, ਤੇਰਾ ਭਾਰ ਘਟਾਵਾਂ, ਪਰ ਮਨੁੱਖਾ ਤੇਰੇ ਕੋਲ ਤਾਂ ਉਦੋਂ ਵੀ ਸਮਾਂ ਨਹੀਂ ਸੀ। ਤੈਨੂੰ ਰਾਹ ਵਿਖਾਵਾਂ, ਤੈਨੂੰ ਦੱਸਾਂ ਵੀ ਤੇਰਾ ਜਨਮ ਕਿਉਂ ਹੋਇਆ, ਪਰ ਤੂੰ ਹੋਰਾਂ ਕੰਮਾਂ ਵਿੱਚ ਉਲਝਿਆ ਰਹਿ। ਤੂੰ ਪਤਾ ਭਲੇ ਪੁਰਖਾ ਉਦੋਂ ਯਾਦ ਕਰਦਾ ਜਦੋਂ ਤੈਨੂੰ ਕੁਝ ਚਾਹੀਦਾ ਹੁੰਦਾ, ਤੂੰ ਉਦੋਂ ਵੀ ਕਾਹਲੀ ਨਾਲ ਆਉਂਦਾ, ਆਪਣੀਆਂ ਮੰਗਾਂ ਰੱਖ ਕੇ ਤੁਰ ਜਾਂਦਾ, ਤੂੰ ਮੇਰੇ ਵੱਲ ਤਾਂ ਇੱਕ ਝਾਤ ਵੀ ਨਹੀਂ ਮਾਰਦਾ, ਤੂੰ ਉਦੋਂ ਵੀ ਆਪਣੇ ਚਾਰੇ ਪਾਸੇ ਧਿਆਨ ਰੱਖਦਾ ਵੀ ਚੱਲ ਕੋਈ ਨਾ, ਸ਼ਾਇਦ ਕੱਲ੍ਹ ਤੈਨੂੰ ਮੇਰੀ ਯਾਦ ਆ ਜਾਵੇ, ਇਹ ਮੇਰੇ ਅੰਦਰ ਭਰੋਸਾ। ਵਾਹਿਗੁਰੂ ਕਹਿੰਦੇ ਤੂੰ 1 ਆਵਾਜ਼ ਤੇ ਮਾਰ, ਮੈਂ ਤੇ ਤੇਰੇ ਕੋਲ ਖੜਾ, ਪਰ ਆਪਣੇ ਕੋਲ ਅੱਜ ਜੋ ਆਪਣੀ ਜ਼ਿੰਦਗੀ ਹੈ ਨਾ, ਐਵੇਂ ਦਾ ਸਮਾਂ ਆ ਗਿਆ ਕਿ ਆਪਾਂ ਵਾਹਿਗੁਰੂ ਨੂੰ ਤਾਂ ਯਾਦ ਹੀ ਨਹੀਂ ਕਰਦੇ। ਫਿਰ ਆਓ ਵਾਹਿਗੁਰੂ ਨੂੰ ਹਰ ਪਲ ਯਾਦ ਕਰੀਏ, ਸਵਾਸ ਸਵਾਸ ਯਾਦ ਕਰੀਏ, ਕਿਉਂਕਿ ਵਾਹਿਗੁਰੂ ਨੇ ਜਿਨ੍ਹਾਂ ਨੇ ਬਾਂਹ ਫੜਨੀ ਉਹ ਤਾਂ ਆਪਾਂ ਨੂੰ ਯਾਦ ਕਰਾਉਂਦੇ ਨੇ ਕਿ ਦਿਨ 'ਚ ਇੰਨਾ ਸਮਾਂ ਜਦ ਤੂੰ ਯਾਦ ਕਰ ਸਕਦਾ। ਇੱਕ ਵਾਰ ਵਾਹਿਗੁਰੂ ਕਹਿਣ ਨਾਲ ਕਿਤੇ ਨਹੀਂ ਆਪਣਾ ਕੋਈ ਜ਼ਿਆਦਾ ਸਮਾਂ ਵਿਅਰਥ ਹੋਣ ਲੱਗਾ। ਫਿਰ ਆਓ ਰਲ ਮਿਲ ਕੇ ਗੁਰਬਾਣੀ ਦੇ ਲੜ ਲੱਗੀਏ ਅਤੇ ਹੋਰਾਂ ਨੂੰ ਵੀ ਗੁਰਬਾਣੀ ਨਾਲ ਜੋੜੀਏ ਅਤੇ ਆਪਣੇ ਮਨ ਨੂੰ ਸ਼ੁੱਧ ਕਰੀਏ, ਕਿਉਂਕਿ ਗੁਰਬਾਣੀ ਨੇ ਹੀ ਆਪਾਂ ਨੂੰ ਸਭ ਕੁਝ ਦੇਣਾ ਹੈ ਅਤੇ ਉਹਨੇ ਜੀਵਨ ਸਫਲਾ ਕਰਨਾ, ਉਹਨੇ ਦੁੱਖ ਹਰਨੇ ਨੇ। ਫਿਰ ਆਓ ਗੁਰਬਾਣੀ ਦੇ ਲੜ ਲੱਗੀਏ।